ਅਸਲਾਮ ਵਾਲੇਕਮ ਜੀ, ਤੁਸੀਂ ਦੇ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦੇ ਬਟਨ ਦਬਾਓ ਕਿ ਨਾਲ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੀ ਵੀਡੀਓ ਤੱਕ ਪਹੁੰਚੇ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ। ਮਾਸ਼ਾਅੱਲਾ ਡੇਲੀ ਦੀ ਰਿਸਰਚ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਦਾ। ਅੱਜ ਆਪਣੇ ਵੀਰਾਂ ਤੇ ਦੋਸਤਾਂ ਲਈ ਚੋਲਸਤਾਨੀ ਕ੍ਰਾਸ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ, ਜੋ ਕਿ ਕੈਮਰੇ ਦੀ ਨਜ਼ਰ ਹੈ, ਦੋਸਤਾਂ ਵੀਰਾਂ ਦੀ ਨਜ਼ਰ ਹੈ। ਬਾਕੀ ਲੈਣੇ ਦੇ ਮੁਕੱਦਰ ਤੇ ਨਸੀਬ ਦੀ ਗੱਲ ਹੈ, ਵਿੱਚੇ ਚਵਾਈ ਲਵਾਂਗੇ। ਚਵਾਈ ਦਾ ਟਾਈਮ ਹੋ ਚੁੱਕਿਆ, ਕਾਲਾ ਥਨ ਲੱਗਿਆ, ਵੈਰ ਦੀ ਲਾਮ ਦੇਖਣੀ ਹੈ, ਚਾਲਰ ਦੇਖਣੀ ਹੈ, ਧੁੰਨ ਵੇਖਣਾ ਹੈ ਔਰ ਸੋਹਣਾ ਸੁਥਰਾ ਜਾਨਵਰ ਸਿਰੋ ਜੈਨਮੈਨ ਕੋਨੀ ਹੈ। ਔਰ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਕੱਦ ਕਾਠ ਮੇਰੇ ਕੈਮਰੇ ਦੀ ਨਜ਼ਰ ਹੈ। ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀ ਕਰਵਾਉਣਗੇ ਔਰ ਵਿੱਚੇ ਦੀ ਚਵਾਈ ਲੈ ਲਾਂਗੇ, ਆਨਲਾਈਨ ਇਨਸ਼ਾਅੱਲਾ ਚਵਾਈ ਕਰਾਂਗੇ। ਛੱਡ ਕੇ ਟੋਰੋ ਜੀ, ਇਸ ਟਾਈਮ ਕਹਿੰਦੇ ਥੱਲੇ ਦੁੱਧ ਕਿੰਨਾ ਔਰ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਔਰ ਕੀ ਇਹਦਾ ਹਿਸਾਬ ਕਿਤਾਬ ਹੈ ਔਰ ਸਾਰੀ ਗੱਲਬਾਤ ਐਂਡ ਤੇ ਹੋਵੇਗੀ ਚਵਾਈ ਤੋਂ ਬਾਅਦ। ਤੁਸੀਂ ਐਂਡ ਤੀਕਰ ਵੀਡੀਓ ਦੇਖਣੀ, ਸਕਿੱਪ ਨਹੀਂ ਕਰਨੀ। ਮੇਰੇ ਦੋਸਤਾਂ ਨੇ ਘਰ ਦਾ ਜਾਨਵਰ ਹੈ, ਸੋਹਣੀ ਸੁਥਰੀ ਹੈ, ਨਸਲ ਜ਼ਾਤ ਵਾਲੀ ਹੈ ਵੈੜ ਔਰ ਚਾਲਰ ਵੇਖੋ ਮਾਸ਼ਾਅੱਲਾ ਜਾਨਵਰ ਦੀ ਔਰ ਕੱਦ ਕਾਠ ਵੇਖੋ ਔਰ ਮਾਸ਼ਾਅੱਲਾ ਹਵਾਨਾ ਦੇਖੋ। ਮਾਸ਼ਾਅੱਲਾ ਸੋਹਣੀ ਸੁਥਰੀ ਹੈ, ਨਸਲ ਜ਼ਾਤ ਵਾਲੀ ਹੈ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਜੀ। ਬਾਕੀ ਲੈਣ ਦੇ ਨਸੀਬ ਮੁਕੱਦਰ ਦੀ ਗੱਲ ਹੈ, ਹਮੇਸ਼ਾ ਤੁਹਾਡਾ ਵੀਰ ਤੁਹਾਡੇ ਵਾਸਤੇ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਆ ਜਾਂਦਾ। ਚਾਲ ਡਾਲ ਮੇਰੇ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ, ਕੋਈ ਮਾਸ਼ਾਅੱਲਾ ਕੋਈ ਫਾਲਟ ਨਹੀਂ ਹੈਗਾ ਜਾਨਵਰ ਦੇ ਵਿੱਚ। ਮਾਸ਼ਾਅੱਲਾ ਹਰ ਤਰ੍ਹਾਂ ਦੀ ਗਰੰਟੀ ਹੋਵੇਗੀ। ਥਣ ਮਾਸ਼ਾਅੱਲਾ ਪੂਰਾ ਮੁੱਠ ਮੁੱਠ ਦਾ, ਰੁਗ ਰੁਗ ਦਾ ਥਾਣ ਹੈ ਔਰ ਨਸਲਜ਼ਾਤ ਮੇਰੇ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ। ਕੈਮਰਾਮੈਨ ਸਾਹਿਬ ਤੁਹਾਨੂੰ ਮਿਹਨਤ ਬੰਨੋ ਜੀ, ਬੱਚਾ ਛੱਡੋ ਤੇ ਮਾਸ਼ਾਅੱਲਾ ਜਾਨਵਰ ਦਿਖਾਉਂਦਾ ਔਰ ਇਨਸ਼ਾਅੱਲਾ ਕੋਸ਼ਿਸ਼ ਕਰਦਾ ਹੈ। ਵੱਛਾ ਮਗਰ ਵੱਛੀ ਵੱਛੀ ਮਾਸ਼ਾਅੱਲਾ, ਇੱਕ ਗਾਂ ਨਹੀਂ ਦੋ ਗਾਵਾਂ ਨੇ ਵੱਛੀ ਮਾਸ਼ਾਅੱਲਾ ਮੇਰੇ ਦੋਸਤਾਂ ਨੇ ਵੇਖਣੀ ਹੈ। ਮਾਸ਼ਾਅੱਲਾ ਬੜੀ ਖੂਬਸੂਰਤ ਪੁੱਠਾ ਵੇਖੋ ਵੱਛੀ ਦਾ, ਮਾਸ਼ਾਅੱਲਾ ਗਿੱਠ ਦੀ ਮਾਸ਼ਾਅੱਲਾ ਕਾਂਡੇ ਔਰ ਨਸਲ ਜ਼ਾਤ ਬੜੀ ਹੈ। ਮਾਸ਼ਾਅੱਲਾ ਵੱਛੀ ਨੂੰ ਦੁੱਧ ਬੜਾ ਛੱਡ ਰਹੇ ਸ਼ਾਹ ਜੀ ਔਰ ਨਸਲ ਜ਼ਾਤ ਮੇਰੇ ਦੋਸਤਾਂ ਦੇ ਸਾਹਮਣੇ ਵੱਛੀ ਦੀ ਵੀ ਔਰ ਮਾਸ਼ਾਅੱਲਾ ਇੱਕ ਜਾਨਵਰ ਨਹੀਂ ਦੋ ਨੇ, ਮਾਸ਼ਾਅੱਲਾ ਦੋ ਗਾਵਾਂ ਨੇ ਇੱਕ ਨਹੀਂ ਦੀ ਔਰ ਇਨਸ਼ਾਅੱਲਾ ਜਿੰਨਾ ਤੀਕਰ ਗਾਂ ਨੇ ਦੁੱਧ ਦੇਣਾ ਉਹਨਾਂ ਨੂੰ ਮਾਸ਼ਾਅੱਲਾ ਪਿੱਛੇ ਵੱਛੀ ਹੋ ਜਾਣੀ ਹੈ ਬਰਾਬਰ ਦੀ ਔਰ ਨਸਲ ਜ਼ਾਤ ਮੇਰੇ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਜੀ। ਮਾਸ਼ਾਅੱਲਾ ਜੀ ਵੈਰ ਦੇਖਣੀ ਹੈ ਤਸੱਲੀ ਨਾਲ, ਇਨਸ਼ਾਅੱਲਾ ਤਾਲਾ ਕੋਈ ਕੈਮਰਾਮੈਨ ਸਭ ਦਿਖਾ ਰਿਹਾ। ਕੋਸ਼ਿਸ਼ ਕਰੀਂਦੀ ਇੱਕ ਅੱਧਾ ਦਿਨ ਭਾਵੇਂ ਵੀਡੀਓ ਲੇਟ ਵੀ ਹੋ ਜਾਵੇ ਨਾ ਤੇ ਜਾਨਵਰ ਮੈਂ ਆਪਣੇ ਦੋਸਤਾਂ ਨੂੰ ਇਨਸ਼ਾਅੱਲਾ ਚੰਗਾ ਤੇ ਖੂਬਸੂਰਤ ਹੀ ਲੈ ਕੇ ਆਉਣਾ ਹਾਜ਼ਰ ਹੁੰਦਾ ਔਰ ਕਿਉਂਕਿ ਜਾਨਵਰ ਅੱਛਾ ਤੇ ਖੂਬਸੂਰਤ ਹਮੇਸ਼ਾ ਤੁਹਾਡੇ ਵੀਰ ਦੀ ਕੋਸ਼ਿਸ਼ ਹੁੰਦੀ ਭਰਾਵਾਂ ਨੂੰ ਅੱਛਾ ਤੇ ਖੂਬਸੂਰਤ ਜਾਨਵਰ ਦਿੱਤਾ ਜਾਵੇ ਜਿਹਦਾ ਕੋਈ ਮਾਸ਼ਾਅੱਲਾ ਗਿਲਾ ਸ਼ਿਕਵਾ ਨਾ ਹੋਵੇ ਜਾਨਵਰ ਦਾ। ਵੱਛੀ ਮਗਰ ਮਾਸ਼ਾਅੱਲਾ ਵਾਹ ਵਾਹ ਮਾਸ਼ਾਅੱਲਾ ਸੰਭੀ ਹੋਈ ਹੈ, ਚੰਗਾ ਦੁੱਧ ਛੱਡਿਆ ਸ਼ਾਹ ਜੀ ਨੇ ਔਰ ਮਾਸ਼ਾਅੱਲਾ ਦੁੱਧ ਮਾਸ਼ਾਅੱਲਾ ਇਸ ਟਾਈਮ ਵੈੜ ਕੋਲ ਕਿੰਨਾ ਹੈ ਉਹ ਚਵਾਈ ਕਰਾਂਗੇ, ਵੇਖਾਂਗੇ ਮਾਸ਼ਾਅੱਲਾ ਇਸ ਟਾਈਮ ਵੈੜ ਕਿੰਨਾ ਦੁੱਧ ਕਰਦੀ ਪਈ ਹੈ ਔਰ ਕੀ ਇਹਦਾ ਹਿਸਾਬ ਕਿਤਾਬ ਹੈ। ਮਾਸ਼ਾਅੱਲਾ ਵੈੜ ਦਾ ਕੱਦ ਵੇਖਣਾ ਔਰ ਮਾਸ਼ਾਅੱਲਾ ਰੰਗ ਰੂਪ ਦੇਖਣਾ। ਵੱਛੀ ਮਾਸ਼ਾਅੱਲਾ ਸਫੈਦ ਚਿੱਟੀ ਹੈ, ਮਾਸ਼ਾਅੱਲਾ ਕੰਨ ਕਾਲੇ ਨੇ, ਬਾਕੀ ਲੱਤਾਂ ਤਾਂ ਥੋੜ੍ਹੀ ਜੀ ਆਪਣਾ ਕਾਲੀ, ਬਾਕੀ ਮਾਸ਼ਾਅੱਲਾ ਵਾਈਟ ਹੈ ਔਰ ਨਸਲ ਜ਼ਾਤ ਵਾਲੀ ਵੱਛੀ ਹੈ ਔਰ ਮਾਸ਼ਾਅੱਲਾ ਚੰਗੀ ਸੰਭੀ ਹੋਈ ਵੱਛੀ ਹੈ ਮੇਰੇ ਦੋਸਤ ਦੇਖਣੀ। ਲੱਗਦਾ ਹੈ ਕਿ ਕਿਸੇ ਬੰਦੇ ਕੋਲ ਮਾਸ਼ਾਅੱਲਾ ਵੱਛੀ ਨੂੰ ਚੰਗਾ ਦੁੱਧ ਛੱਡਦਾ ਕਿਉਂਕਿ ਸ਼ੌਕ ਜਾਨਵਰ ਦਾ ਹੁੰਦਾ, ਜਾਨਵਰ ਨੇ ਤਾਂ ਨਸੀਬ ਖਾਣਾ ਪੀਣਾ ਹੁੰਦਾ। ਕਈ ਬੰਦੇ ਵੱਛੀਆਂ ਨੂੰ ਦੁੱਧ ਹੀ ਨਹੀਂ ਛੱਡਦੇ ਜਾਂ ਫਲ ਨੂੰ ਦੁੱਧ ਨਹੀਂ ਛੱਡਦੇ, ਨਿਚੋੜ ਦੁੱਧ ਕਰ ਲੈਂਦੇ ਨੇ ਅਤੇ ਜਾਨਵਰ ਦਾ ਪਿੱਛੇ ਨਹੀਂ ਸੋਚਦੇ। ਮਾਸ਼ਾਅੱਲਾ ਇੱਥੇ ਜਾਨਵਰ ਇਨਸ਼ਾਅੱਲਾ ਮੇਰੇ ਦੋਸਤਾਂ ਨੇ ਦੇਖਣਾ, ਵੱਛੀ ਮਾਸ਼ਾਅੱਲਾ ਦੁੱਧ ਰਜਵਾਂ ਪੀਂਦੀ ਹੈ ਔਰ ਨਸਲ ਜ਼ਾਤ ਵਾਲੀ ਹੈ ਔਰ ਗਾਂ ਵੀ ਮਾਸ਼ਾਅੱਲਾ ਸੀਲ ਸਾਊ ਹੈ, ਕੋਈ ਇਹਦਾ ਟੈਨਸ਼ਨ ਨਹੀਂ ਹੈਗੀ ਔਰ ਮੇਰੇ ਦੋਸਤਾਂ ਦੇ ਸਾਹਮਣੇ ਖੜੀ ਹੈ। ਤਸੱਲੀ ਨਾਲ ਜਾਨਵਰ ਨੂੰ ਦੇਖਣਾ, ਉਸ ਤੋਂ ਬਾਅਦ ਆਪਣੇ ਕਮੈਂਟ ਦਾ ਇਜ਼ਹਾਰ ਕਰਨਾ ਮੇਰੇ ਦੋਸਤਾਂ।
ਬਰਤਨ ਖਾਲੀ ਕਰ ਲੱਗਾ ਮੈਂ। ਹਾਂ ਠੀਕ ਠੀਕ ਜੋ 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 ਬਰਤਨ ਠੀਕ ਠੀਕ ਜੋ ਸ਼ਾਹ ਜੀ ਇਹ ਦੋ ਥਣ ਚੈੱਕ ਹੋ ਗਏ ਨਾ ਮਾਸ਼ਾਅੱਲਾ, ਦੁਬਾਰਾ ਚੈੱਕ ਕਰੋ ਨਾ ਇਹੋ ਹੀ, ਕੋਈ ਛੱਟਾ ਨਹੀਂ ਕੋਈ ਫੁਹਾਰ ਨਹੀਂ। ਹਾਂ ਠੀਕ ਹੈ ਮਾਸ਼ਾਅੱਲਾ, ਬਾਕੀ ਚੈੱਕ ਕਰੋ ਜੀ। ਹਾਂ ਨਹੀਂ ਠੀਕ ਹੈ ਮਾਸ਼ਾਅੱਲਾ, ਜਵਾਬ ਮੋਟਾ ਹੈ ਔਰ ਕੋਈ ਫੁਹਾਰ ਨਹੀਂ ਕੋਈ ਛੱਟਾ ਨਹੀਂ। ਠੀਕ ਹੈ ਸ਼ਾਹ ਜੀ ਚੋਵੋ, ਠੀਕ ਹੈ ਜੀ ਚੋਵੋ ਜੀ। ਮਾਸ਼ਾਅੱਲਾ ਵੈੜ ਬੜੀ ਸੀਲ ਹੈ, ਚੋਲਸਤਾਨੀ ਦਾ ਕਰਾਸ ਹੈ, ਬੜੀ ਅੱਛੀ ਵੈੜ ਹੈ। ਚਿੱਟਾ ਦੁੱਧ ਦੇ ਮਾਸ਼ਾਅੱਲਾ ਚਿੱਟਾ ਮੱਝਾਂ ਵਰਗਾ ਜੀ। Thank you.
ਕੜਵੀ ਵੀ ਲੈ ਕੇ ਆਈ ਛੋਟੇ ਕੜਵੀ ਲੈ ਕੇ ਆਈ ਸ਼ਾਹੀ ਮੱਛੀ ਨੂੰ ਉਵੇਂ ਛੱਡਣਾ ਜਿਵੇਂ ਪਹਿਲੇ ਛੱਡਦੇ ਤੋੜ ਕਰਕੇ ਆਪਾਂ ਦੱਸ ਦਿਆਂ ਤਾਂ ਵੀ ਮੱਛੀ ਨੂੰ ਮਾਸ਼ਾ ਜਿਵੇਂ ਪਹਿਲੇ ਛੱਡਦੇ ਨਾ ਦੇਖ ਲਿਆ ਪਿਆ ਸਤਰਾ ਛੱਡਾਂਗੇ ਉਹ ਵੀ ਛੱਡਦੇ ਜਿਹੜੇ ਮੱਛੀ ਤੇਰੀ ਮਾਸ਼ਾ ਦਾ ਸੋਹਣੀ ਹੈ ਅਤੇ ਇਹਨੂੰ ਆਪਾਂ ਲਿੱਸਾ ਨਹੀਂ ਕਰਨਾ ਬੱਚੇ ਛੱਡ ਦਿਓ ਕੋਈ ਗੱਲ ਨਹੀਂ ਬੱਚੇ ਛੱਡ ਦਿਓ ਬਾਲਟੀ ਸੇ ਦੇਖੋ ਨਿੱਬੂ ਵਾਂਗੂ ਨੁੱਚੜ ਗਈ ਮੇਰੇ ਦੋਸਤਾਂ ਨੇ ਦੇਖਣਾ ਨਿੱਬੂ ਵਾਂਗੂ ਮਾਸ਼ਾਅੱਲਾ ਜਾਨਵਰ ਬੱਚੇ ਛੱਡੋ ਜੀ ਇੱਥੇ ਅੱਗੇ ਕਰਦੀ ਰਹਿੰਦਾ ਇੱਥੇ ਇੱਥੇ ਕਰਦਾ ਸਾਈਡ ਤੇ ਚਲੋ ਜੀ ਨੀਨੋ ਹਾਂ ਮੇਰਾ ਭਰਾ ਸ਼ਾਹ ਜੀ ਫਿਰ ਚੋਲਾਂਗੇ ਮਾਸ਼ਾਅੱਲਾ ਵੱਛੀ ਵੱਛੀ ਛੱਡੀ ਤੇ ਮਾਸ਼ਾਅੱਲਾ ਐਡੀ ਕੰਡ ਤੇ ਗਿੱਠ ਜਿਹੀ ਮਾਸ਼ਾਅੱਲਾ ਕੰਡ ਹੁੰਦੀ ਚੌੜੀ ਇਸੇ ਵਜ੍ਹਾ ਤੋਂ ਹੀ ਮਾਸ਼ਾਅੱਲਾ ਜੀ ਮਾਸ਼ਾਅੱਲਾ 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 ਜੀ ਵੈੜ ਨੇ ਖੁਸ਼ ਕਰ ਦਿੱਤਾ ਹੈ ਚਲੋ ਬੜੀ ਗੱਲ ਇਨਸ਼ਾਅੱਲਾ ਜੀ ਵਿਕਦੀ ਦੁੱਧ ਨਾਲ ਜੀ ਗੜਵੀ ਨਹੀਂ ਪੈਣੀ ਵਿੱਚ ਭਾਈ ਜੀ ਉੱਧਰ ਪਾ ਲਓ ਸਾਰਾ ਗਾ ਇਹਦੇ 'ਚ ਬਾਲਟੀ 'ਚ ਬਾਲਟੀ 'ਚ ਪਾਓ ਨਾ ਅਤੇ ਗਾਗਰ 'ਚ ਮਿਨੀ ਜਾ ਕੋਈ ਨਹੀਂ ਕੋਈ ਨਹੀਂ
ਮਾਸ਼ਾਅੱਲਾ ਜੀ ਫੈਂਟਿਆ ਬਿਲਕੁਲ ਠੰਡਾ ਹੋ ਗਿਆ ਦੁੱਧ, ਮੇਰੇ ਦੋਸਤਾਂ ਨੇ ਦੇਖ ਲੈਣਾ, ਇਹ ਗੜਵੀ 'ਚ ਇਹਦੇ ਡੋਲੀ 'ਚ ਪਾ ਲਓ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਦੋ ਚਾਰ ਛੇ ਸੱਤ ਅੱਠ ਮਾਸ਼ਾਅੱਲਾ ਜੀ ਵੱਛੀ ਨੂੰ ਛੱਡ ਕੇ ਮਾਸ਼ਾਅੱਲਾ ਦੁੱਧ ਮੇਰੇ ਦੋਸਤਾਂ ਨੇ ਵੇਖਣਾ, ਮਾਸ਼ਾਅੱਲਾ ਵੈੜ ਦਾ ਕੱਦ ਕਾਠ ਵੇਖਣਾ, ਮਾਸ਼ਾਅੱਲਾ ਨਸਲ ਜ਼ਾਤ ਦੇਖਣੀ ਹੈ। ਮਾਸ਼ਾਅੱਲਾ ਵੈੜ ਨੇ ਚੰਗਾ ਮਾਸ਼ਾਅੱਲਾ ਦੁੱਧ ਕੀਤਾ, 8 ਲੀਟਰ ਹੋਇਆ ਜੀ, 8 ਲੀਟਰ ਮਾਸ਼ਾਅੱਲਾ ਸ਼ਾਹ ਜੀ ਮਾਸ਼ਾਅੱਲਾ ਵੈੜ ਚੋਈ ਹੈ, ਵੇਖ ਲਿਆ ਕਿੰਨਾ ਮਾਸ਼ਾਅੱਲਾ 16 ਲੀਟਰ ਦੁੱਧ ਆਇਆ ਇਸ ਟਾਈਮ ਕੀਤਾ ਇਹਨੇ ਬੱਚੀ ਨੂੰ ਛੱਡ ਕੇ, ਬੱਚੇ ਨੂੰ ਛੱਡ ਤੇ ਆਪਣੇ ਵੀਰ ਕੋਈ ਦੋਸਤ ਭਰਾ ਇੰਨਾ ਹੀ ਆਪਾਂ ਦੁੱਧ ਚਵਾ ਦਿਆਂਗੇ ਉਹਨਾਂ ਨੂੰ, ਦੋ ਟਾਈਮ ਕੋਈ ਲੈਣਾ ਚਾਹੇ ਟਾਈਮ ਚੋਣ ਚਾਰ ਟਾਈਮ ਚੋਣ ਆਪਾਂ ਨੂੰ ਕੋਈ ਇਤਰਾਜ਼ ਨਹੀਂ, ਕੋਈ ਇਤਰਾਜ਼ ਨਹੀਂ, ਆਪਾਂ ਚਵਾਵਾਂਗੇ ਚਵਾਵਾਂਗੇ ਜੀ। ਮਿਹਰਬਾਨੀ ਜੀ। ਸ਼ਾਹ ਜੀ ਇਹਨੂੰ ਸੂਈ ਨੂੰ ਅੱਜ ਜੈਨ ਮੈਨ ਦਿਨ ਕਿੰਨੇ ਹੋ ਗਏ? ਜੈਨ ਤਕਰੀਬਨ 20 ਤੋਂ 22 ਦਿਨ ਹੋ ਗਏ, 20-22 ਦਿਨ ਹੋ ਗਏ। ਠੀਕ ਹੈ, ਸੋਹਣੀ ਗੱਲ ਕੀਤੀ ਹੈ ਸ਼ਾਹੀ। ਮਾਸ਼ਾ ਬੱਚੀ ਮਾਸ਼ਾਅੱਲਾ ਦੁੱਧ ਤੁਸੀਂ ਚੰਗਾ ਛੱਡ ਦੇ ਮਾਸ਼ਾ ਬੱਚੀ, ਆ ਦੁੱਧ ਤੁਸੀਂ ਸਾਹਮਣੇ ਵੇਖ ਰਹੇ ਹੋ, ਛੱਡਣਾ ਮਾਸ਼ਾਅੱਲਾ ਜਾਨਵਰ ਤੁਹਾਡਾ, ਤੇ ਸ਼ਾਹ ਜੀ ਇਹਦਾ ਪਿਆਰ ਮੁਹੱਬਤ ਵਾਲਾ ਜਿਹੜਾ ਆਪਾਂ ਲੈ ਲੈਣਾ ਮੇਰੇ ਵੀਰ ਨੇ, ਮਾਸ਼ਾਅੱਲਾ ਦੁੱਧ ਨੂੰ ਨਹੀਂ ਵੇਖਣਾ ਜਾਨਵਰ ਨੂੰ ਵੀ ਵੇਖਣਾ, ਮਾਸ਼ਾਅੱਲਾ ਦੁੱਧ ਤੁਹਾਡਾ ਮਾਸ਼ਾਅੱਲਾ 16 ਲੀਟਰ ਬੜਾ ਦੁੱਧ ਦਿੰਦਾ ਮਾਸ਼ਾਅੱਲਾ, ਮਾਸ਼ਾਅੱਲਾ ਜਾਨਵਰ ਵੀ ਖੂਬਸੂਰਤ ਹੈ, ਸੀਲ ਸਾਹੂ ਹੈ, ਸੋਹਣਾ ਜਾਨਵਰ ਹੈ, ਇਹਦਾ ਪਿਆਰ ਮੁਹੱਬਤ ਵਾਲਾ ਸ਼ਾਹ ਜੀ ਜਿਹੜਾ ਆਪਾਂ ਲੈ ਲੈਣਾ, ਮੁਹੱਬਤ ਪਿਆਰ ਵਾਲਾ ਮਕੂਲ ਜੇ ਫਾਈਨਲ ਜਿਹਾ ਰੇਟ ਕਰ ਦਿਓ, ਫਾਈਨਲ ਜਿਹਦਾ ਸਿਰਫ 2,10,000 ਰੁਪਏ ਫਾਈਨਲ, ਫਾਈਨਲ ਮੰਗਣ ਨੂੰ ਜਿੰਨੇ ਮਰਜ਼ੀ ਮੰਗਣ ਨੂੰ, ਭਾਵੇਂ ਵਡਾਈ ਮੰਗ ਲਈ 3 ਮੰਗ ਲਈ ਵੱਖਰੀ ਗੱਲ, ਫਾਈਨਲ 2,10,000 ਜੀ, ਫਾਈਨਲ ਇਹਦਾ ਰੇਟ ਜੀ 2,10,000। ਤੇ ਕੋਈ ਇਹਦੇ 'ਚ ਥੋੜ੍ਹਾ ਬਹੁਤਾ ਕੋਈ ਦੋਸਤ ਭਰਾ ਨਹੀਂ ਇਹਦੇ 'ਚ ਕੋਈ, ਇਹ ਤਾਂ ਹੋ ਸਕਦਾ 1,500 ਤਾਂ ਭਾਵੇਂ ਹੋ ਜਾ ਜ਼ਿਆਦਾ, ਮੈਂ ਕਿਉਂਕਿ ਆਪਾਂ ਇਹਦਾ ਮੁੱਲ ਹੀ ਉਹ ਮੰਗਿਆ ਕਿ ਜਿੰਨੇ ਦੀ ਦੇਣੀ ਸੀਗਾ। ਬਿਲਕੁਲ ਹਾਂ, ਠੀਕ ਹੋ ਜਾਏਗੀ। ਦੂਜੇ ਸੂਏ ਬੈਠੇ ਆਪਣੀ ਮਾਸ਼ਾਅੱਲਾ ਮੋਸਟ ਰੰਗੀ, ਠੀਕ ਹੈ ਜੀ, ਕੋਈ ਡਿਫਾਲਟ ਕੋਈ ਨੁਕਸਾ ਤਾਂ ਤੁਹਾਡੇ ਸਾਹਮਣੇ ਆ ਗਿਆ, ਮਾਸ਼ਾਅੱਲਾ ਜਾਨਵਰ ਸੋਹਣਾ, ਅੱਲਾਹ ਤਾਲਾ ਕਿਸੇ ਦੇ ਲੋਧੀ ਤੁਹਾਡੇ ਸਾਹਮਣੇ ਆ ਗਿਆ, ਇਨਸ਼ਾਅੱਲਾ ਤੁਸੀਂ ਸੁਭਾ ਫੇਰ ਚੋਵੋ, ਅਗਲੇ ਟਾਈਮ ਚੋਵੋ, ਪਿਛਲੇ ਟਾਈਮ ਚੋਵੋ, ਚਾਰ ਟਾਈਮ ਚੋਵੋ, ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਮਸਲਾ ਨਹੀਂ, ਇਨਸ਼ਾਅੱਲਾ ਆਪਾਂ ਆਵੇ ਮਕੂਲ 'ਚ ਪੈਸੇ ਮੰਗਣ ਤੇ ਦੁੱਧ ਵੀ ਆਪਾਂ ਇੰਨਾ ਚਵਾ ਕੇ ਦੇ। ਚਲੋ ਬੜੀ ਗੱਲ ਹੈ ਜੀ, ਮਾਸ਼ਾਅੱਲਾ ਜੀ ਜਾਨਵਰ ਮੇਰੇ ਦੋਸਤਾਂ ਨੇ ਦੇਖਣਾ, ਦੂਸਰਾ ਸੂਆ ਸੂਈ ਹੈ, ਵੱਛੀ ਨੂੰ ਛੱਡ ਕੇ ਦੁੱਧ ਮਾਸ਼ਾਅੱਲਾ 16 ਲੀਟਰ ਹੈ, ਟਾਈਮ ਤੋਂ ਟਾਈਮ ਚੋ ਸਕਣੇ ਸ਼ਾਹ ਜੀ ਕਹਿੰਦੇ ਨੇ 2,10,000 ਰੁਪਈਆ, ਔਰ ਇਨਸ਼ਾਅੱਲਾ ਤਾਲਾ ਇਹਦੇ 'ਚ ਕੋਈ ਥੋੜ੍ਹਾ ਬਹੁਤਾ ਲਾਡ ਪਿਆਰ ਹੈਗਾ, ਔਰ ਵੈਸੇ ਵੀ ਜਾਨਵਰ ਮਾਸ਼ਾਅੱਲਾ ਦੁੱਧ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੋਈ ਮਹਿੰਗਾ ਨਹੀਂ ਹੈ, ਸ਼ਾਹ ਜੀ ਨੇ ਬਹੁਤ ਹੀ ਪਿਆਰਾ ਮਾਸ਼ਾਅੱਲਾ ਰੇਟ ਕੀਤਾ, ਸੋਹਣਾ ਰੇਟ ਕੀਤਾ, ਅੱਲਾਹ ਤਾਲਾ ਉਹਨਾਂ ਨੂੰ ਯਾਤੀ ਦੇਵੇ, ਜ਼ਿੰਦਗੀ ਲੰਬੀ ਦੇਵੇ, ਮਾਸ਼ਾਅੱਲਾ ਜਾਨਵਰ ਸੋਹਣਾ ਉਹਨਾਂ ਦਾ ਕਲਾਵਣ ਵਾਲਾ ਨਹੀਂ ਹੈ, ਸੀਲ ਸਾਹੂ ਮਾਸ਼ਾਅੱਲਾ ਵੈੜ ਹੈ, ਔਰ ਨਸਲ ਜ਼ਾਤ ਵਾਲੀ ਘਰ ਦੀ ਵੈੜ ਹੈ। ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਭਾਈ, ਆਪਣੀ ਸੋਧਾ ਜ਼ਰੂਰ ਇਜ਼ਹਾਰ ਕਰਨਾ। ਸਾਡਾ ਵਟਸਐਪ ਨੰਬਰ ਹੈ 0308497170, ਇਹ ਸਾਡਾ ਵਟਸਐਪ ਨੰਬਰ ਹੈ, ਰਾਬਤਾ ਨੰਬਰ ਹੈ। ਇਸ ਵੀਡੀਓ ਦਾ ਮੇਜ਼ਬਾਨ ਮੁਹੰਮਦ ਰਮਜ਼ਾਨ ਦੇ ਉਜਾਸ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।